ਕਬੂਤਰਾਂ ਨੂੰ ਪਿਆਰ ਕਰਨ ਵਾਲੇ ਵੀਰ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ। हाँ जी, वाहेगुरु जी का खालसा, वाहेगुरु जी की फतेह। हाँ जी, आप सब का स्वागत है जी साडे चैनल कबूतरां दे शौंकी विच। अज असी बापू जी नाल गल्लां बातां करांगे पुराने जमाने दियां, जदों कबूतरबाजी दा इन्होंने आरंभ किया सी। ते बाकी आप सब का धन्यवाद धन्यवाद है जी, जो साडे चैनल नूं इन्ना प्यार बख्श रहे हो। सानूं उम्मीद है कि इवें प्यार बख्शदे रहोगे। अते हुण आपां बापू जी नाल गल्लबात करदे आं ते पुछदे आं, बापू जी तुहाडा सब तों पहिला जन्म कदों होया सी, तुहाडे याद आ? जन्म 47 तों पहिलां सी, 8-9 सालां दे सीगे। अच्छा जी, कोई लिखत रूप च तां नहीं याद। हाँ जी, ते हो सकदा वी असी 1938 च होईए। तुहानूं 47 दी पूरी सुरत आ फिर, जदों दंगे होए सीगे उदों? 47 दी पूरी सुरत है। अच्छा जी, 47 दी सब इधर मारे गए, डसका ऐ हो गया, ऐ हो गया, ते सब सुरत है जी। महाराज पटियाले ने डसके वाले कढ़ाए मिलिट्री नाल ला के, जी पाकिस्तान छड़ के आया उन्होंने भाईचारा थी उहदा। हाँ जी, जणे रौले दी तां 47 दी तां पूरी सुरत है, ठीक है, कट वड हुंदी देखी आ। ठीक है जी, फिर तुहाडी उम्र लगभग किन्नी क हो अज? लगभग 85-84 टप्पिया होया मेरी समझ मगर जी, क्योंकि उदो रिकॉर्ड नहीं सी कोई हुंदा, हुण तां लोकां दे कारण बने आ। हाँ जी, जन्म दे जदों आपां कबूतरबाजी की गल करिए, तां तुसीं सब तों पहला कबूतर कदों रखने शुरू कीते आ, वी किन्ने साल दी उम्र च? असीं 16-17 साल दे होवांगे। अच्छा जी, 16-17 साल दी उम्र च जिहड़े 15 साल दे माल चारण वाले पाली से, पढ़ाई तां साडे वेले स्कूल तां कोई है नहीं थी। हाँ जी, ਡੇਰੇ ਗੁਰਦੁਆਰਿਆਂ 'ਚ ਕਿਸੇ ਕੋਲ ਸਿਆਣੇ ਬੰਦਿਆਂ ਕੋਲ ਪੜ੍ਹਦੇ ਹੁੰਦੇ ਸੀ। ਅੱਛਾ ਜੀ, ਆ ਆਪਣੇ ਗਵਾਂਢ 'ਚ ਕਬੂਤਰ ਸੀਗੇ, ਬਸ ਉਹਨਾਂ ਕੋਲੋਂ ਦੇਖ ਦੇਖ ਕੇ ਸਿੱਖ ਗਏ। ਅੱਛਾ ਜੀ, ਫਿਰ ਆਪ ਨੂੰ ਛੱਪੂਸ ਪੈ ਗਿਆ। ਅੱਛਾ ਜੀ, ਘਰਦੇ ਤਾਂ ਆਪਣੇ ਕੋਈ ਰੱਖਣ ਨਹੀਂ ਦਿੰਦੇ ਤੇ, ਆਪਣੇ ਲਾਣੇ 'ਚ ਹੀ ਨਹੀਂ ਤੇ ਕਬੂਤਰ। ਹਾਂਜੀ, ਕਬੂਤਰਾਂ ਵਾਲਿਆਂ ਨੂੰ ਚੰਗਾ ਨਹੀਂ ਸਮਝਦੇ ਤੇ ਲੋਕ ਹੁਣ ਤੱਕ। ਅਤੇ ਕਬੂਤਰ ਤੁਸੀਂ ਇਕੱਲੇ ਰੱਖੇ ਸੀਗੇ ਕਿ ਤੁਹਾਡੇ ਨਾਲ ਦੇ ਵੀ ਭਰਾ ਨੇ? ਨਾ, ਸਾਨੂੰ ਤਿੰਨ ਭਰਾਵਾਂ ਨੂੰ ਸ਼ੌਕ ਸੀਗਾ ਫਿਰ। ਅੱਛਾ ਜੀ, ਇੱਕ ਜਿਉਂਦਾ, ਇੱਕ ਪੂਰਾ ਹੋ ਗਿਆ। ਹਾਂਜੀ, ਅਤੇ ਉਹ ਜਦੋਂ ਪੜ੍ਹ ਕੇ ਆਉਂਦਾ, ਉਹ ਸਾਨੂੰ ਕਹਿੰਦਾ ਤੁਸੀਂ ਕੰਮ ਕਰਾਓ ਭਾਈ ਨਾਲ, ਅਤੇ ਮੈਂ ਤੁਹਾਡੇ ਕਬੂਤਰ ਸਾਂਭ ਦਿੰਦਾ, ਅੱਜ ਛੁੱਟੀ ਹੈ। ਹਾਂਜੀ, ਐਂ ਕਰਕੇ ਅਸੀਂ ਛੋਟੀ ਉਮਰ 'ਚ ਹੀ ਬਾਜ਼ੀਆਂ ਛੱਡਣ ਲੱਗ ਗਏ ਜੀ। ਬਾਜ਼ੀਆਂ ਐਂ ਛੱਡਣ ਲੱਗ ਗਏ ਵੀ ਅਸੀਂ ਕਬੂਤਰ ਸਾਂਭਦੇ ਸੀਗੇ ਆਪ, ਅਤੇ ਕਬੂਤਰਾਂ ਨੂੰ ਸੇਵਾ ਬਹੁਤ ਕਰਦੇ ਸੀ, ਬਦਾਮ ਤੋਂ ਸ਼ੁਰੂ ਤੋਂ ਪਾਉਂਦੇ ਤੇ। ਹਾਂਜੀ, ਕਬੂਤਰ ਸਾਡੇ ਤਕੜੇ ਹੋ ਗਏ, ਫਿਰ ਸਾਨੂੰ ਲਾਲਚ ਪੈ ਗਿਆ। ਅੱਛਾ ਜੀ, ਬਾਜ਼ੀਆਂ ਦੂਰ ਦੂਰ ਜਾਣ ਲੱਗ ਗਏ ਜੀ। ਸਾਡੇ ਵੇਲੇ ਬਾਜ਼ੀਆਂ ਕਿਹੜੀਆਂ ਸੀ, 5 ਰੁਪਈਆ ਤੋਂ 15 ਰੁਪਈਏ, 30 ਰੁਪਈਏ, 25 ਰੁਪਈਏ, ਕਦੇ 50 ਵੇਲੇ ਤਾਂ ਲੋਕ ਰੋਣ ਲੱਗ ਗਏ ਤੇ ਵੀ 50 ਕਰਤੇ ਇਹਨਾਂ ਨੇ ਤਾਂ ਬਾਜ਼ੀ ਦੇ। ਅੱਛਾ ਜੀ, ਉਸ ਜ਼ਮਾਨੇ ਵਾਲੀਆਂ ਬਾਜ਼ੀਆਂ ਤਾਂ ਅਸੀਂ ਹੁਨਰ ਵਾਲੀ ਗੱਲ ਸੀ ਵੀ ਜਿੰਨੀਆਂ ਜਿੱਤੀਆਂ। ਹਾਂਜੀ, ਇੰਨੀ ਸੇਵਾ ਨਹੀਂ ਸੀ ਲੋਕ ਕਰਦੇ, ਅਸੀਂ ਸੇਵਾ ਕਰਦੇ ਤੇ। ਜਿੱਦੇ ਬਾਈ ਛੁੱਟੀ ਹੁੰਦੀ ਐਤਵਾਰ ਦੀ ਜਾਂ ਊਂ ਛੁੱਟੀ ਹੁੰਦੀ ਕੋਈ ਸਕੂਲ ਦੀ, ਉਹ ਸਾਨੂੰ ਦੱਸ ਦਿੰਦਾ ਕਿਤੇ ਮਰਜ਼ੀ ਛੱਡ ਲਿਓ, ਤੁਹਾਡਾ ਹਰਦਾ ਨਹੀਂ। ਅੱਛਾ ਜੀ, ਉਹਦੀ ਟ੍ਰੇਨਿੰਗ ਦੇਖਦਾ ਸੀ ਪੂਰੀ ਕਰਕੇ, ਡੰਡਿਆਂ ਨਾਲ ਕੁੱਟ ਕੇ ਡਾਉਂਦਾ ਸੀ। ਅੱਛਾ ਜੀ, ਪਰ ਖੁਰਾਕ ਅਸੀਂ ਜਿਹੜੀ ਸੀ ਨਾ ਬਦਾਮਾਂ ਦੀ, ਹਾਂਜੀ, ਅਤੇ ਸਰ੍ਹੋਂ ਦੀ, ਉਹ 12 ਮਹੀਨੇ 30 ਦਿਨ ਕਰਦੇ ਸੀ। ਹੁਣ ਤਾਂ ਲੋਕ ਬੜਾ ਕੁਛ ਚਾਰਦੇ ਨੇ। ਅੱਛਾ ਜੀ, ਫਿਰ ਅਸੀਂ ਖਾਸੇ ਸਾਲਾਂ ਤੋਂ ਭਾਈ ਜਦੋਂ ਹੋਰ ਬਾਹਰ ਜਾਣ ਲੱਗ ਗਏ, ਫਿਰ ਅਸੀਂ ਉਸਤਾਦ ਧਰ ਲਿਆ। ਅੱਛਾ ਜੀ, ਅਤੇ ਉਸ ਸਮੇਂ ਕਿਹੜੇ ਕਬੂਤਰ ਵਾਲੇ ਮਸ਼ਹੂਰ ਸੀ ਜ਼ਿਆਦਾ? ਕਬੂਤਰਬਾਜ ਵਾਲੇ 3-4 ਝੋਟੀ ਵਾਲਾ ਬਰਿਆਮ ਸਿੰਘ, ਹਾਂਜੀ, ਮਿੱਡੂ ਮਾਨ ਵਾਲਾ ਕੇਰਾ, ਹਾਂਜੀ, ਭਾਗ ਸਿੰਘ, ਭਾਈ ਸਾਹਿਬ ਡਰੋਲੀ ਵਾਲੇ, ਹਾਂਜੀ, ਜਿਹੜੇ ਸਾਡੇ ਵੇਖਣ 'ਚ ਰੁਲਦੂ, ਗਿੱਧੀ ਸ਼ੇਰਾ ਅਤੇ ਟਹਿਲਾ, ਹਾਂਜੀ, ਕਾਨੇ ਵਾਲਾ ਜਰਨੈਲ ਸਿੰਘ, ਹਾਂਜੀ, ਲਾਲਬਾਈ ਵਾਲਾ ਮਿੱਡ, ਹਾਂਜੀ, ਧੰਨਾ ਸਿੰਘ, ਹਾਂਜੀ, ਅਤੇ ਜਿਹੜੇ ਬਾਜ਼ੀਆਂ ਛੱਡਦੇ ਸੀ ਇੰਨੇ ਕੁ ਬੰਦੇ ਹੋਰ ਵੀ ਸੀਗੇ, ਪੁੱਚੋ ਵਾਲੇ ਤਾਰ ਹੋ ਰਹੇ ਆਉਂਦੇ ਹੁੰਦੇ ਸੀਗੇ, ਹਾਂਜੀ, ਅਤੇ ਅਸੀਂ ਜਾਣੀ ਜਿਹੜੇ ਬਾਜ਼ੀਆਂ ਛੱਡਣ ਵਾਲੇ ਤੇ ਉਹ ਇਹੀ ਤੇ ਸੋਣੀ, ਹਾਂਜੀ, ਜਿਉਂਦਾ ਵਾਲਾ ਬਲਵੀਰ ਰੋਹਣ ਵਾਲਾ,
ਸੀਓ ਜਟਾਣਿਆਂ ਦਾ ਤੇ ਤੁਹਾਡੇ ਵੇਲੇ ਸਭ ਤੋਂ ਲੰਮੀ ਉਮਰ ਕਿਹੜੇ ਕਬੂਤਰ ਵਾਜਦੀ ਸੀ ਉਦੋਂ ਬਜ਼ੁਰਗ ਦੀ ਮੇਰੇ ਹਾਣੀ ਜੇ ਦਾ ਸਾਰੀ ਤੁਰ ਤੁਰ ਗਈ ਅੱਛਾ ਜੀ ਲੰਮੀ ਉਮਰ ਵਾਲਾ ਤਾਂ ਹੁਣ ਕੋਈ ਕਬੂਤਰ ਵਾਲਾ ਤਾਂ ਹੈ ਨਹੀਂ ਹਾਂਜੀ ਰੁਲਦੂ ਰਿਹਾ ਚੀੜਾ ਜਿਹਾ ਖਾਸਾ ਕਈ ਸਾਲ ਹਾਂਜੀ ਅਤੇ ਧੰਨਾ ਸੂ ਵੀ ਛੇਤੀ ਗੁਜ਼ਰ ਗਿਆ ਰੋਡੇ ਕੁਕੜੋਰੇ ਵੀ ਛੇਤੀ ਗੁਜ਼ਰ ਗਏ ਹਾਂਜੀ ਮੇਰੀ ਆਪ ਦੀ ਵਿਚਾਰ ਹੈ ਵੀ ਜਿਹੜੇ ਨਸ਼ਾ ਪੱਤਾ ਕਰਦੇ ਸੀ ਉਹ ਛੇਤੀ ਭੁਰ ਜਾਂਦੇ ਨੇ ਚਾਹੇ ਹੁਣ ਵੀ ਵੇਖ ਲਓ ਇਹ ਸੱਚ ਹੀ ਹੈ ਜਿਹੜੇ ਨਸ਼ਾ ਕਰਦੇ ਘੁਣਾ ਲੱਗ ਜਾਂਦਾ ਜਿਵੇਂ ਲੱਕੜੀ ਨੂੰ ਖਾ ਜਾਂਦਾ ਮੈਂ ਹੁਣ ਦੇ ਵੀਰਾਂ ਨੂੰ ਇਹ ਆਪਦੇ ਬੰਨੀਓ ਸਲਾਹ ਦਿੰਦਾ ਨਸ਼ਾ ਪੱਤਾ ਨਾ ਕਰੋ ਕੋਈ ਵੀ ਨਸ਼ਾ ਨਾ ਕਰੋ ਸਾਦੀ ਰੋਟੀ ਖਾਣੀ ਘਿਓ ਖਾ ਸਕਦੇ ਹੋ ਹਾਂਜੀ ਅਤੇ ਤੁਸੀਂ ਜਦੋਂ ਤੁਸੀਂ ਉਸਤਾਦ ਧਾਰਿਆ ਤਾਂ ਤੁਹਾਡੀ ਕਿਵੇਂ ਕਿੰਨੀ ਉਮਰ ਸੀ ਜਦੋਂ ਸਾਡੀ ਉਮਰ ਹੋਊਗੀ 30 ਸਾਲ ਦੀ ਤਾਂ ਹੋਊਗੀ ਅੱਛਾ ਜੀ ਫਿਰ ਤੁਸੀਂ ਕਿਵੇਂ ਸੋਚਿਆ ਵੀ ਅਸੀਂ ਉੱਥੇ ਜਾਣਾ ਉਸਤਾਦ ਧਾਰਨ ਉਹ ਬਾਜੀਆਂ ਵਾਲੀਆਂ ਜਿੱਤ ਲੈਂਦੇ ਤੇ ਅੱਛਾ ਜੀ ਕੀ ਨਾਮ ਸੀ ਉਹਨਾਂ ਦਾ ਜੀ ਕੇਰ ਸਿੰਘ ਢਿੱਲੋਂ ਮਿੱਡੂ ਮਾਨ ਤੋਂ ਹਾਂਜੀ ਉਸਤਾਦ ਧਾਰਨਾ ਫਿਰ ਹੀ ਸੋਚਿਆ ਹਾਂਜੀ ਉਹ ਮਾੜੀਆਂ ਮੋਟੀਆਂ ਦੁਸਰਾਂ ਦਾ ਸਰਾਂ ਦਾ ਕੁਛ ਉਹਨਾਂ ਨੂੰ ਵੱਧ ਆਉਂਦਾ ਸੀ ਸਾਨੂੰ ਪਤਾ ਕੋਈ ਨਹੀਂ ਸੀ ਅੱਛਾ ਜੀ ਅਸੀਂ ਤਾਂ ਘਾਣਾ ਕਿੱਕਰ ਤੋੜਦੇ ਸੀ ਉਹ ਤੋੜ ਲੈਂਦੇ ਸੀ ਜਦੋਂ ਲੋਟ ਆ ਜਾਂਦਾ ਸੀ ਅਤੇ ਉਦੋਂ ਕੀ ਮਤਲਬ ਰੀਤ ਸੀਗੀ ਉਸਤਾਦ ਧਾਰਨ ਦੀ ਉਹ ਰੀਤ ਤਾਂ ਪੱਗ ਦਿੰਦੇ ਸੀਗੇ ਹਾਂਜੀ ਅਤੇ ਪੈਰੀਂ ਹੱਥ ਲਾ ਕੇ ਬਾਪੂ ਕਹਿੰਦੇ ਸੀ ਉਹ ਹੋਰ ਤਾਂ ਇਹੋ ਜਿਹੀ ਕੋਈ ਬਾਹਲੀ ਰੀਤ ਨਹੀਂ ਸੀ ਅੱਛਾ ਜੀ ਬਾਕੀ ਪਰੋਖੋ ਵੀ ਇਹੋ ਜਿਹੀ ਸੀ ਲੋਕਾਂ ਕੋਲ ਹਾਂਜੀ ਸੂਟ ਸਾਟ ਸਮਾਉਣ ਦੀ ਉਦੋਂ ਪਰੋਖੋ ਹੀ ਨਹੀਂ ਸੀ ਹਾਂਜੀ ਕੱਪੜਾ ਤਾਂ ਡੀਪੂਆਂ 'ਚੋਂ ਮਿਲਦਾ ਸੀ ਬਾਜ਼ਾਰੋਂ ਕੱਪੜਾ ਹੀ ਨਹੀਂ ਮਿਲਦਾ ਸੀ ਹਾਂਜੀ ਅਤੇ ਉਹਨਾਂ ਨੂੰ ਉਸਤਾਦ ਧਾਰਨ ਤੋਂ ਬਾਅਦ ਫਿਰ ਤੁਸੀਂ ਪਹਿਲੀ ਵਾਰੀ ਕਦੋਂ ਛੱਡੀ ਸੀ ਉਸਤਾਦ ਧਾਰਨ ਤੋਂ ਬਾਅਦ ਤਾਂ ਕੋਈ ਊਂ ਤਾਂ ਹੁਣ ਯਾਦ ਨਹੀਂ ਭਾਈ ਹਾਂਜੀ ਅਤੇ ਫਿਰ ਤਾਂ ਅਸੀਂ ਕਈ ਅੱਗ ਮਚਾਤੀ ਜਣੇ ਜਦੋਂ ਉਹਨੇ ਸਾਨੂੰ ਦੱਸਤਾ ਬੁੜੇ ਨੇ ਗੁੜ ਬਣਿਆ ਬਣਾਇਆ ਦੇਣ ਦਾ ਪਾਣੀ ਰਗੜਿਆ ਰਗੜਾਇਆ ਦੇਣ ਦਾ ਦੋ ਤਿੰਨ ਸਾਲ ਸਾਨੂੰ ਲਵੇ ਨਹੀਂ ਲੱਗਣ ਦਿੱਤਾ ਅੱਛਾ ਜੀ ਦੱਸਿਆ ਕੁਛ ਨਹੀਂ ਦੇਣ ਦੱਸਿਆ ਸੀ ਵੀ ਐਂ ਦੇ ਦਿਆ ਕਰੋ ਐਂ ਇਹਨੂੰ ਗੁੜ ਦੇ ਦਿਆ ਕਰੋ ਅੱਛਾ ਜੀ ਬਸ ਉਸ ਨਾਲ ਅਸੀਂ ਹੋਰ ਤਕੜੇ ਹੋ ਗਏ ਸਿੱਧੇ ਸਾਦੇ ਤੇ ਅਸੀਂ ਬਦਾਮ ਦੇ ਕੇ ਤੜਕੇ ਛੱਡ ਦਿੰਦੇ ਅੱਛਾ ਜੀ ਸਾਡੇ ਵੇਲੇ ਤਾਂ ਅਸੀਂ ਘਿਓ ਦੀ ਨਲਕੀ ਦੇ ਕੇ ਛੱਡ ਦਿੰਦੇ ਤੜਕੇ ਹਾਂਜੀ ਅਸੀਂ ਆਪ ਦਿੱਤਾ ਅੱਛਾ ਜੀ ਹੁਣ ਕੋਈ ਮੰਨਦਾ ਹੀ ਨਹੀਂ ਇਹ ਗੱਲਾਂ ਨੂੰ ਅੱਛਾ ਜੀ ਆ ਤੇਰਾ ਬਾਬਾ ਵੱਡਾ ਹੁਣ ਲੜਦਾ ਰਹਿੰਦਾ ਵੀ ਭੁੱਖੇ ਛੱਡੀਏ ਹਰਾਈ ਜਾਂਦੇ ਹੋ ਅਸੀਂ ਤੜਕੇ ਦੋ ਤਿੰਨ ਬਦਾਮ ਦੇ ਕੇ ਕਬੂਤਰ ਛੱਡਣਾ ਅੱਛਾ ਜੀ ਜਿੰਨੀ ਗਦੀੜ ਸੀ ਜਿੰਨੇ ਲੋਕ ਦੀ ਸਾਡੇ ਮੂਹਰੇ ਨਹੀਂ ਕੋਈ ਅੜਿਆ ਅੱਛਾ ਜੀ ਕੁਦਰਤ ਨੇ ਸਾਨੂੰ ਬਲ ਦਿੱਤਾ ਸਾਨੂੰ ਇਹ ਕਬੂਤਰ ਹੀ ਇਹੋ ਜਿਹਾ ਬਦਾਮ ਕਰਦੇ ਸੀ ਹਾਂਜੀ ਇਹ ਲਾਣਾ ਹੀ ਵਗੈੜਾਂ ਦਾ ਇਹੋ ਜਿਹਾ ਰੱਜਿਆ ਹੋਇਆ ਉੱਡਦਾ ਹਾਂਜੀ ਹੁਣ ਭਾਈ ਕਬੂਤਰ ਬਾਹਲੇ ਲੋਕਾਂ ਨੇ ਕਈ ਅਸਲੇ ਬਣਾ ਲਏ ਹਾਂਜੀ ਹੁਣ ਤਾਂ ਛੋਟੇ ਛੋਟੇ ਜਵਾਕ ਅਸਲੇ ਬਣਾਉਂਦੇ ਨੇ ਹਾਂਜੀ ਤੇ ਤੁਹਾਡੇ ਵੇਲੇ ਨਸਲ ਕਿਹੜੀ ਮਸ਼ਹੂਰ ਸੀ ਕਬੂਤਰਾਂ ਦੀ ਨਸਲ ਮਸ਼ਹੂਰ ਸੀ ਸਾਡੇ ਵੇਲੇ ਮੋਜੇ ਅੱਛਾ ਜੀ ਤੇ ਲਾਲ ਚੀਨੇ ਹਾਂਜੀ ਜਿਹੜੇ ਸੀ ਕਾਨੇ ਵਾਲੇ ਜਰਨੈਲ ਦੇ ਜਾਂ ਕਾਲੇ ਜੀ ਹਾਂਜੀ ਉਹ ਮਸ਼ਹੂਰ ਵਾਲੇ ਤੇ ਅੱਛਾ ਜੀ ਉੜਦੇ ਵੀ ਚੰਗੇ ਤੇ ਉਹ ਜਿੱਤ ਜੁੱਤ ਲੈਂਦੇ ਸੀ ਉਧਰੋਂ ਠਾੜ ਜੀ ਵਾਲੀਆਂ ਬਾਜੀਆਂ ਆਉਂਦੀਆਂ ਸੀ ਇੱਧਰ ਤਾਂ ਬਾਜੀਆਂ ਲੁਧਿਆਣਾ ਪਟਿਆਲਾ ਇੱਧਰ ਰੋਪੜ ਬੰਨੀ ਕਿੱਥੇ ਤੇ ਕਬੂਤਰ ਅੱਛਾ ਜੀ ਅਸੀਂ ਜੇ ਵਗ ਜਾਂਦੇ ਤੇ ਲੁਧਿਆਣੇ ਕਬੂਤਰ ਦੇਖਣ ਨੂੰ ਤਰਸਦੇ ਤੇ ਹਾਂਜੀ ਹੁਣ ਭਾਈ ਕਬੂਤਰ ਹੀ ਉੱਧਰ ਨੇ ਹਾਂਜੀ ਉੱਧਰ ਜ਼ਮੀਨ ਮਹਿੰਗੀ ਵਿਕ ਗਈ ਲੋਕਾਂ ਦਾ ਕੰਮ ਮੂਹਰੋਂ ਬੇਰੁਜ਼ਗਾਰੀ ਹੋਈ ਗਈ ਹਾਂਜੀ ਕਬੂਤਰਬਾਜ਼ੀ ਵਧੀ ਹੋਈ ਹੈ ਹਾਂਜੀ ਹੁਣ ਤਾਂ ਜਿਹੜੇ ਬੰਦੇ ਜਾਣਦੇ ਨੇ ਤਾਂ ਕਬੂਤਰ ਉਹ ਰੱਖੀ ਬੈਠੇ ਨੇ ਅਤੇ ਉਦੋਂ ਆਪਣੇ ਮਾਲਵੇ 'ਚ ਕਿਹੜਾ ਮਸ਼ਹੂਰ ਸੀ ਕਬੂਤਰਬਾਜ਼ ਮਾਲਵੇ 'ਚ ਕਬੂਤਰਬਾਜ਼ ਧੰਨਾ ਸੀ ਸਾਡੇ ਨਾਲ ਮਸ਼ਹੂਰ ਬਸ ਅੱਛਾ ਜੀ ਅਤੇ ਜਾਂ ਰੋਡੇ ਕੁੱਕੜੋਰੇ ਸੀਗੇ ਭਾਗ ਸਿੰਘ ਸੀ ਨਵੇਂ ਕਿਲੇ ਵਾਲਾ ਹਾਂਜੀ ਮਿੱਡ ਸੀਗਾ ਲਾਲਬਾਈ ਵਾਲਾ ਅੱਛਾ ਜੀ ਰੁਰਦੂ ਸੁੱਖਣਾ ਵਾਲਾ ਹਾਂਜੀ ਅਤੇ ਮੋਹਨਸੂ ਅਤੇ ਜਸਵੀਰ ਇਹਨਾਂ ਦੇ ਨਾਲ ਅੜਨ ਲੱਗ ਗਏ ਫਿਰ ਉਹ ਮਸ਼ਹੂਰ ਹੋ ਗਏ ਹਾਂਜੀ ਫਿਰ ਹੌਲੀ ਹੌਲੀ ਭਾਈ ਸਾਰੀ ਖਿੱਲਰ ਗਈ ਬਾਜੀ ਹਾਂਜੀ ਸਾਡੇ ਨਾਲ ਪੀਰ ਕੋਟੀਆ ਕਾਕਾ ਨਿਆਣਾ ਸੀ ਸਕੂਲ ਦਾ ਬੱਚਾ ਸੀ ਇਹ ਜਾਣ ਲੱਗ ਗਿਆ ਹਾਂਜੀ ਫਿਰ ਇਹ ਵੀ ਇਹਨੇ ਵੀ ਲੋਕਾਂ ਦਾ ਖੱਲੜ ਲਾਇਆ ਐਂ ਨਹੀਂ ਹੈ ਵੀ ਕਾਕਾ ਜਿੱਤਿਆ ਨਾ ਹੋਵੇ ਪਰ ਕਬੂਤਰ ਮੇਰੇ ਕੋਲੋਂ ਫਿਰ ਲੈ ਲਏ ਨੇ ਹਾਂਜੀ ਅਮੀਰ ਬੱਚਾ ਸੀ ਜਦੋਂ ਹਾਰ ਜਾਂਦਾ ਸੀ ਅਸੀਂ ਦੇ ਤੇ ਹਾਂਜੀ ਧੰਨਾ ਸੂ ਨੇ ਗੁਰਦੇਵ ਨੂੰ ਦਿੱਤੇ ਘਣੀ ਵਾਲੇ ਨੂੰ
अच्छा जी, जेड़ा अगे तो मदद करते थे भी तू हारना आ लै, वो आ ले जा। अच्छा जी, इन्हां दे बच्चे करा। हाँ जी, हुण तां लुकाउंदे आ लोक, वो तो आप चाहुंदे आ दूजे नूं ठग दिंदे आ, डग। हाँ जी, ठगियां बगियां दे जाल ना। ਤੇ ਤੁਹਾਡੇ ਸਮੇਂ ਬਾਈਆਂ 'ਚ ਕਿੰਨੀ ਕੁ ਇਮਾਨਦਾਰੀ ਹੁੰਦੀ ਸੀ ਲੋਕਾਂ 'ਚ? ਇਮਾਨਦਾਰੀ ਤਾਂ ਇਹੋ ਜਿਹੀ ਹੁੰਦੀ ਸੀ, ਸਾਡੇ ਨਾਲ ਪੈਸੇ ਲੱਗੇ ਤੇ ਕਹਿ ਰਹੇ, ਬਾਜੀ ਮੈਨੂੰ ਸਮਾ ਜਾਂਦੇ ਤੇ ਗੁੱਗੜ ਉਰੇ ਵੀ ਤੂੰ ਹੀ ਫੈਸਲਾ ਕਰਦੀ। ਅੱਛਾ ਜੀ, ਇੱਦੂ ਇਮਾਨਦਾਰੀ ਕੀ ਹੋਊ? ਇੱਕ ਬਾਜੀ ਵੀ ਮੈਂ ਗੁੱਗੜ ਨੂੰ ਜਿੱਤਤੀ, ਮੈਂ ਹਾਰ ਗਿਆ ਆਪ ਮੌਜੀਆ ਪਿੰਡ। ਅੱਛਾ ਜੀ, ਸਾਧ ਨਾਲ ਚੌਲੇ ਨਾਲ ਸਾਂਝੀ ਕਰਾਤੀ, ਮੈਂ ਹੀ ਕਰੀ, ਉਹ ਤਾਂ ਹਾਰ ਜਿੱਤ ਹੋਈ ਮਗਰੋਂ ਆਇਆ ਜਗ੍ਹੇ ਤੋਂ। ਅੱਛਾ ਜੀ, ਹੋਰ ਐਡੀ ਇਮਾਨਦਾਰੀ ਕੋਈ ਨਹੀਂ ਕਰ ਸਕਦਾ। ਬਾਜੀ ਮੇਰੇ ਨਾਲ ਬੰਨੀ ਹੋਵੇ, ਨਾਲੇ ਪੈਸੇ ਲੱਗੇ ਹੁਣ 1200-1200 ਤੇ ਬਾਜੀ ਮੈਨੂੰ ਸੰਭਾ ਜਾਣੀ। ਆ ਜਿਹੜੇ ਹੁਣ ਦੇ ਲੋਕ ਤਾਂ ਊਂ ਹੀ ਮੱਚਦੇ ਆ, ਇਹ ਇਹ ਗਲਤੀਆਂ ਨੇ ਇਹਨਾਂ ਦੀਆਂ। ਇਹ ਇਮਾਨਦਾਰੀਆਂ ਖਤਮ ਕਰਕੇ ਕੋਈ ਬਾਹਲੀਆਂ ਕੰਪਨੀਆਂ ਨਹੀਂ ਇਹਨਾਂ ਦੀਆਂ ਚੱਲਦੀਆਂ, ਕਿਸੇ ਦੀਆਂ ਵੀ ਨਹੀਂ ਚੱਲਦੀਆਂ। ਮੇਰਾ ਬਾਲ ਵਿੰਗਾ ਨਹੀਂ ਹੋਇਆ, ਮੇਰੇ ਕਬੂਤਰ ਵੀ ਕੱਢੇ, ਮੇਰੇ ਲਕੋਏ ਬਹੁਤ। ਅੱਛਾ ਜੀ, ਸਾਹਮਣੇ ਤਾਂ ਮੇਰੇ ਕਹਿੰਦੇ ਨੇ ਹੈ ਹੀ ਨਹੀਂ। ਹਾਂਜੀ, ਮਗਰੋਂ ਲੋਕ ਆ ਕੇ ਮੰਗਦੀ ਉਹਨਾਂ ਤੋਂ, ਆਹ ਨਿੰਗਲਾ ਚੋਂ ਦੇ ਯਾਰ। ਹਾਂਜੀ, ਆ ਕੱਲ੍ਹ ਦੇ ਜਵਾਕ ਬੜੇ ਕਹਾਉਂਦੇ ਨੇ ਚੈਂਪੀਅਨ ਵੀ ਅਸੀਂ, ਹਾਂ ਮੈਂ ਬਹੁਤ ਕੁਛ ਕਹਾ ਗਏ ਸਾਰੇ। ਅੱਛਾ ਜੀ, ਤਾਂ ਠੀਕ ਹੈ, ਗੁੱਗੜ ਰੋਡਾ ਖਿਡਾਰੀ ਸੀਗੇ ਭਾਗ ਸਿੰਘ ਦੇ ਚੇਲੇ। ਹਾਂਜੀ, ਗਰਮੀ ਦੇ ਖਿਡਾਰੀ ਤੇ ਉਹ। ਹਾਂਜੀ, ਸਾਨੂੰ ਕੋਈ ਇਹੋ ਜਿਹਾ ਵਰ ਸੀਗਾ ਵੀ ਅਸੀਂ ਕੋਈ ਖਿਡਾਰੀ ਨਹੀਂ ਤੇ। ਹਾਂਜੀ, ਕਾਣਾ ਕਿੱਕਰ ਤੋੜਦੇ ਰਹੇ ਹਾਂ। ਅੱਛਾ ਜੀ, ਤੇ ਜਿੱਤ ਲੈਂਦੇ ਤੇ ਉਹਨਾਂ ਨੂੰ, ਉਹ ਨਹੀਂ ਸਾਡੇ ਮੂਹਰੇ ਜਿੱਤੇ। ਅੱਛਾ ਜੀ, ਬੰਨੀਆਂ ਬਾਜੀਆਂ 'ਚ ਤਾਂ ਹੱਥ ਬੰਨ ਲੈਂਦੇ ਤੇ ਵੀ ਹੁਣ ਖਿਡਾ ਛੱਡ ਦਿਓ। ਹਾਂਜੀ, ਬਾਈ ਅਜੇ ਜਿਉਂਦਾ ਜਾਗਦਾ ਬੈਠਾ, ਕੋਈ ਨਾ ਕੋਈ ਬਿਰਲੇ ਬਿਰਲੇ ਹਜੇ ਹੈਗੇ ਨੇ ਇੱਕ ਦੋ, ਸਾਡੇ ਸਾਥੀ ਵੀ ਸਾਰੇ ਗੁਜ਼ਰ ਚੱਲੇ। ਅੱਛਾ ਜੀ, ਹਾਂ ਜੀ। ਅਤੇ ਤੁਹਾਡੇ ਸਮੇਂ ਫਿਰ ਐਂਟਰੀ ਮਤਲਬ ਕਿੰਨੀ ਕੁ ਵੱਧਦੀ ਗਈ ਕਿਵੇਂ ਸਮੇਂ ਸਮੇਂ ਦੇ ਨਾਲ? ਫਿਰ ਉਹ ਸਮੇਂ ਦੇ ਨਾਲ ਭਾਈ ਜੋ ਰੁਪਈਏ ਦੀ ਉਪਜ ਵਧੀ ਗਈ। ਹਾਂਜੀ, 1.5 ਰੁਪਏ 2 ਰੁਪਏ 3 ਰੁਪਏ ਬੋਤਲ ਠੇਕੇ ਦੀ ਸ਼ਰਾਬ। ਹਾਂਜੀ, ਫਿਰ 7 ਰੁਪਏ ਮਣ ਛੋਲੇ। ਹਾਂਜੀ, ਜਿਉਂ ਜਿਉਂ ਅਨਾਜ ਦਾ ਭਾਅ ਵਧੀ ਗਿਆ, ਜਿਉਂ ਜਿਉਂ ਸਾਰਾ ਕੁਛ ਵਧੀ ਗਿਆ, ਫਿਰ ਅਸੀਂ ਜਿਹੜੇ 10 ਕੁ ਖਿਡਾਰੀ 9 ਖਿਡਾਰੀ ਇਕੱਠੇ ਹੁੰਦੇ ਸੀ, ਅਸੀਂ ਬਾਜੀਆਂ 20 ਰੁਪਈਆਂ ਦੀਆਂ ਰੱਖ ਲੈਂਦੇ ਤੇ। ਹਾਂਜੀ, ਅਤੇ ਜਿਹਨਾਂ ਨੂੰ ਸ਼ੌਂਕ ਸੀ ਆ ਤਾਂ ਜਾਂਦੇ ਤੇ ਵਿੱਚ। ਹਾਂਜੀ, ਉਹ ਸਾਨੂੰ ਇੱਕ ਤਰ੍ਹਾਂ ਦੀਆਂ ਗਾਲਾਂ ਹੀ ਕੱਢਦੇ ਤੇ, ਯਾਰ ਤੁਸੀਂ ਤਾਂ ਲਟੇਰੇ ਹੋ ਗਏ ਵੀ 1000 ਰੁਪਏ ਅਸੀਂ ਕਿੱਥੋਂ ਲਿਆਈਏ। ਜਿਵੇਂ ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ 1000 ਰੁਪਏ ਦੀ, ਉਦੋਂ 1000 ਰੁਪਏ ਕਿੰਨਾ ਕੁ ਹੁੰਦਾ ਸੀ ਅੱਜ ਦੇ ਟਾਈਮ ਦਾ? ਅੱਜ ਦਾ ਮੈਨੂੰ ਲੱਗਦਾ ਵੀ 2 ਲੱਖ ਵਾਲੇ ਦਾ ਵੀ ਨਹੀਂ ਉਡੀ ਤਾਕਤ ਜਿੰਨੀ 1000 ਵਾਲੇ ਦੀ ਸੀ। ਅਤੇ ਫਿਰ ਜਿਹੜੇ ਇਨਾਮ ਹੁੰਦੇ ਆ ਬਾਜ਼ੀਆਂ 'ਚ, ਇਹ ਕਦੋਂ ਕੁ ਸ਼ੁਰੂ ਹੋਏ ਨੇ ਇਨਾਮ? ਤਾਂ ਕੱਪ ਜਾਂ ਤਾਂ ਛੋਟਾ ਜਿਹਾ ਖਾਸ ਚਿਰ ਹੋ ਗਿਆ, ਬਹੁਤ ਸਾਲ ਹੋ ਗਏ। ਹਾਂਜੀ, ਉੱਪਰ ਕੱਪ ਦਾ ਹੀ ਨਹੀਂ ਸੀ ਲੋਕਾਂ ਨੂੰ ਬਣਾਉਣਾ ਆਉਂਦਾ, ਉਹੀ ਮਾੜੇ ਜਿਹੇ। ਫਿਰ ਅਸੀਂ ਗਲਾਸ ਜੱਗ ਵੀ ਰੱਖੇ ਬਾਜੀ 'ਚ ਵੀ ਪਾਣੀ ਪੀ ਲਿਆ ਕਰਾਂਗੇ, ਆਹ ਰੱਖੋ। ਅੱਛਾ ਜੀ, 5 ਗਲਾਸ 1 ਜੱਗ ਅਸੀਂ ਨੰਗਲੋਂ ਜਿੱਤਿਆ, 1 ਝੰਡੂਗਾ ਤੋਂ ਜਿੱਤਿਆ। ਹਾਂਜੀ, ਹਾਂ, ਇੰਦਰ ਸੁੰਡੀ ਕਹਿੰਦੇ ਹੁੰਦੇ ਸੀ ਵਿਚਾਰੇ ਨੂੰ, ਉਹ ਮਰ ਗਿਆ, ਉਹਦੇ ਮੁੰਡੇ ਦੀ ਛੱਟੀ 'ਤੇ ਅਸੀਂ 5 ਗਲਾਸ 'ਤੇ ਜੱਗ ਜਿੱਤੇ ਬਾਜੀ ਤੋਂ। ਬਾਜੀ ਅਸੀਂ ਇਕੱਲੇ ਜਿੱਤੇ, ਨੰਗਲ ਵੀ ਛੋਟੇ, ਝੰਡੂਗੇ ਵੀ। ਠੀਕ ਹੈ, 2 ਜੱਗ ਪਾਣੀ ਗਲਾਸ ਪੀਣ ਵਾਲੇ ਸਟੀਲ ਦੇ ਮਸ਼ਹੂਰ ਹੋਏ। ਅੱਛਾ ਜੀ, ਹੁਣ ਸਟੀਲ ਨੂੰ ਪੁੱਛਦਾ ਕੋਈ ਨਹੀਂ। ਹਾਂਜੀ, ਜਿਉਂ ਜਿਉਂ ਭਾਈ ਜ਼ਮਾਨਾ ਵੱਧਦਾ ਜਾਂਦਾ, ਪੈਸਾ ਵੱਧਦਾ ਜਾਂਦਾ, ਹਾਂਜੀ, ਨਵੇਂ ਯੁੱਗ ਦੀਆਂ ਗੱਲਾਂ ਨੇ। ਹਾਂਜੀ, ਇੱਕ ਵੀਰਾਂ ਨੂੰ ਮੈਂ ਸਲਾਹ ਦਿੰਦਾ। ਹਾਂਜੀ, ਉਹ ਭਾਈ ਕਬੂਤਰਾਂ ਵਾਲਿਓ, ਚੋਰੀਓਂ ਫੜਨੇ ਅਤੇ ਚੱਕ ਕੇ ਭੱਜਣ ਦੇ ਇਹ ਕੰਮ ਤੁਸੀਂ ਬੰਦ ਕਰੋ ਆਪ ਦੇ ਆਪ, ਕੋਈ ਐਸੀ ਨਾ ਮਾਰ ਪੈ ਜੇ। ਹਾਂਜੀ, ਅੱਜ ਦੁਨੀਆ 'ਤੇ ਗ੍ਰਹਿ ਚੱਕਰ ਆਇਆ ਹੋਇਆ ਬਿਮਾਰੀ ਦਾ। ਹਾਂਜੀ, ਸੱਚਾਈ ਨਾਲ ਇਹ ਕੁਛ ਨਹੀਂ ਕਹਿੰਦਾ, ਸੱਚਾਈ ਨਾਲ ਇਹਨੂੰ ਟਾਲੋ ਇਕੱਠਿਓ। ਬਾਜੀਆਂ ਐਤਕੀ ਦਾ ਸਾਲ ਜੇ ਨਾ ਛੱਡੋ ਤਾਂ ਨਾ ਚੰਗੀ ਗੱਲ ਹੈ। ਹਾਂਜੀ, ਜਿਹੜੇ ਹੁਣ ਥੋੜ੍ਹੀ ਥੋੜ੍ਹੀਆਂ ਜਿਹੀਆਂ ਬਾਜੀਆਂ ਛੱਡ ਦਿਓ, ਕੀ ਉਹਨਾਂ ਨਾਲ ਕੰਪਨੀ ਬਣ ਜੂ? ਹਾਂਜੀ, ਉਹਦੇ 'ਚ ਵੀ ਮੈਂ ਸੁਣੀ ਇਹਨਾਂ ਵੀ ਝੂਠ ਤਫਾਨ ਠੱਗੀਆਂ ਹੋਈ ਜਾਂਦੀਆਂ ਨੇ। ਹਾਂਜੀ, ਇਹ ਠੱਗੀ ਫਰੇਬ ਕਰਨਾ ਬੰਦ ਕਰੋ, ਹੱਥ ਬੰਨ ਕੇ ਬੇਨਤੀ ਹੈ। ਹਾਂਜੀ, ਜਿੰਨਾ ਭਾਈਆਂ ਨੂੰ ਚੰਗੀ ਲੱਗਦੀ ਹੈ ਇਹ ਗੱਲ ਸਾਨੂੰ ਫੋਨ ਕਰਿਓ। ਹਾਂਜੀ, ਜੇ ਸਾਡੀ ਗੱਲ ਕੋਈ ਕਿਸੇ ਦੇ ਖਿਲਾਫ਼ ਦੀ ਹੈ ਉਹਦਾ ਵੀ ਫੋਨ ਕਰ, ਖਿਲਾਫ਼ ਨਹੀਂ ਅਸੀਂ ਕਹਿੰਦੇ। ਹਾਂਜੀ, ਜਿਹੜੇ ਕਬੂਤਰ ਮੈਥੋਂ ਲਿਜਾ ਕੇ ਔਰ ਹੁਣ ਮੁੱਕਰਦੇ ਆ, ਜਿਵੇਂ ਚੰਦ ਨੂੰ ਗਿੱਲੀ ਧੋਤੀ ਵੱਜੀ ਹੈ ਨਾ ਰਿਖੀ ਦੀ, ਅਤੇ ਉਹਨਾਂ ਦਾ ਦਾਗ ਤਾਂ ਲੈਂਦਾ ਨਹੀਂ, ਹੁਣ ਉਹ ਸ਼ਰਮ ਮੰਨਦੇ ਨੇ। ਹਾਂਜੀ,
जो मैं उम्र का बड़ा ती ले गए वह कहो भी असं न्याणे से ले गए उन्होंने नवे चाचड़े आके मेरे इतने तड़िया करते हैं घरे ही उस जहां मैं स्नेह देना भीर पदरे हो जाओ सिधरे सीधे हो जाओ बेईमानी की बाजी करवाना बंद करो शौक मगरो ते आ साल जिन्ना चिर करोना वायरस का असर है सरकार की मदद करो लोगों की सेवा करो जिन्नी लोगों की सेवा करोगे सोडा उन्ना ही भला होगा खालसा तो सरबत दे भले वाला भाई सरबत का ही भला मंगदा है। चलो अगले इन्नी बहुत तो बापू जी जाते जाते कबूतर भी दिखा दो कोई ना कोई दर्शकों प्यारियों कोई कबूतर जी की कोई खासियत हो एक चलो ये जेड़े लोग हुण कहिंदे आ बगराड़ी वाले जेड़े वड्डी मोजी मेरे को आई उहदे आ जमा चिट्टे मोजे फिर गह आ डब्बी चो इन्हां नाल पा के असीं आ बणाए एडीडी मोच वाले हरेक कोले नहीं हन ये डब्बियां च पा के बनाए दो डब्बे मोच वाले खासियत इन्हां च आ भी उड के मर जांदे आ इह बहिंदे नहीं हन बड़ा जोर लाउंदे ने बाजियां च। अच्छा जी जे बाजिया जिन्ना जोर लाने हूँ फिर मैं इन्होंने क्यों दाने पाव आता खास करके मैं सैंपल रख लिया उन्होंने बाज बच्चों। अच्छा जी तो मैं कहते ने मोच कट दे मोच कस तो कट दे शिंगार है ये। अच्छा जी ये मेरे खुडे का शिंगार है बाजी बहुत जितते ने बाजिया बड़े मोजे ने एक ने मैं बालिया बाजिया जित के दतिया पर चोर ले गए एडी मोज सी हाँ मोजा एडा ही जिमें आ मोजे ने हाँ दो भाई थोड़ा दोबारा दिखाए मोजे की मोज दिखाओ जी दोबारे हाँ देखो मोच यह जी है रंग डब्बे ते है मोज करके चिट्टिया ते है। अच्छा जी ये ब्रीड मैनू आप नू बनाउणी आ गई आप बना ली हुण मुँह फड़े दा ये मोजे भाई दे अपने मोजे हाँ मोजे हाँ जी और धन्यवाद है भाई जेडे चैनल ते साड़ी वीडियो वेख के जिन्हां नू चंगी लगती है सानू भी फोन करो अगे भी शेयर करो इनू आपदे ग्रुपां च डोडी चंगा लगे तो चंगा कहो तुहानू मंदा लगता भाई मंदे का फोन कर दो मंदा दा तां लगे जे कोई असी नशा पत्ता माड़ा कम करदे होईए सारे वीरां नू इही सलाह दिंदे आ भी चंगा करो। हाँ जी वाहेगुरू जी का खालसा वाहेगुरू जी। हाँ जी वीरो जे तुहानू इह साडी वीडियो पसंद आई तो अपना चैनल जरूर सबसक्राइब करो वीडियो लाइक करो तो अगे तो अगे शेयर करो अगली वीडियो नाल हाजिर होवांगे नवें कबूतरां नाल नवें जानकारी नाल। अदली वाहेगुरू जी का खालसा वाहेगुरू जी की फतेह।